ਸੋ ਗੱਲ ਕਰੀਏ ਜੇਕਰ ਆਪਾਂ ਸਟੂਡੈਂਟਸ ਦੇ ਪ੍ਰੋਫਾਈਲ ਦੀ, ਕਈ ਵਾਰੀ ਸਟੂਡੈਂਟਸ ਬੜੇ ਕਨਫਿਊਜ਼ ਹੋ ਜਾਂਦੇ ਨੇ ਕਿ ਸਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਾਨੂੰ ਕਿਹੜੀ ਥਾਂ ਤੇ ਅਪਲਾਈ ਕਰਨਾ ਚਾਹੀਦਾ ਤਾਂ ਕਿ ਸਾਨੂੰ ਬੈਸਟ ਚੰਗੀਆਂ ਆਪਸ਼ਨਸ ਜੋ ਹੈ ਮਿਲ ਸਕਣ। ਸੋ ਜਦੋਂ ਗੱਲ ਯੂਰਪ ਦੀ ਆਉਂਦੀ ਹੈ ਤਾਂ ਢੇਰ ਸਾਰੀਆਂ ਆਪਸ਼ਨਸ ਸਾਨੂੰ ਮਿਲ ਜਾਂਦੀਆਂ ਨੇ ਤੇ ਅੱਜ ਆਪਾਂ ਸਪੈਸ਼ਲੀ ਯੂਰਪ ਬਾਰੇ ਹੀ ਗੱਲ ਕਰਨ ਲੱਗੇ ਹਾਂ ਕਿ ਸਟੂਡੈਂਟ ਕਿਵੇਂ ਸਿਲੈਕਸ਼ਨ ਕਰ ਸਕਦੇ ਨੇ ਕਿ ਤੁਹਾਡੀ ਪ੍ਰੋਫਾਈਲ ਕੀ ਕਹਿੰਦੀ ਹੈ, ਤੁਸੀਂ ਕਿੱਥੇ ਔਰ ਕਿਵੇਂ ਅਪਲਾਈ ਕਰਨਾ ਹੈ, ਕਿਹੜੀਆਂ ਚੰਗੀਆਂ ਆਪਸ਼ਨਸ ਦੇ ਨਾਲ ਅੱਗੇ ਵਧਣਾ ਹੈ। ਸੋ ਉਮੀਦ ਕਰਦੀ ਹਾਂ ਕਿ ਅੱਜ ਦੀ ਵੀਡੀਓ ਦੇ ਜ਼ਰੀਏ ਤੁਹਾਨੂੰ ਕਾਫੀ ਕੁਝ ਨਵਾਂ ਅਤੇ ਵਧੀਆ ਜਾਣਨ ਨੂੰ ਮਿਲੇਗਾ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਯੂਰਪ ਸਟੱਡੀ ਵੀਜ਼ਾ ਨੂੰ ਲੈ ਕੇ ਢੇਰ ਸਾਰੀ ਆਪਸ਼ਨਸ ਨੂੰ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ। ਸੋ ਮੈਮ ਦਾ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ ਹੈ, ਢੇਰ ਸਾਰੀ ਆਪਸ਼ਨਸ ਐਕਸਪਲੋਰ ਕਰਦੇ ਰਹਿੰਦੇ ਨੇ ਮੈਮ ਲਗਾਤਾਰ, ਤਾਂ ਕਿ ਹਰ ਤਰ੍ਹਾਂ ਦੀ ਪ੍ਰੋਫਾਈਲ ਦੇ ਲਈ ਇੱਕ ਚੰਗਾ ਪ੍ਰੋਗਰਾਮ ਉਹਨਾਂ ਕੋਲ ਹੋਵੇ ਔਰ ਸਟੂਡੈਂਟ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕੇ। ਸੋ ਮੈਮ ਜਦੋਂ ਆਪਾਂ ਯੂਰਪ ਦੀ ਗੱਲ ਕਰਦੇ ਹਾਂ, ਆਪਾਂ ਕੀ ਪੋਜ਼ਿਟਿਵ ਫੈਕਟਰਸ ਦੇਖਦੇ ਹਾਂ ਜੋ ਸਟੂਡੈਂਟ ਨੂੰ ਜ਼ਰੂਰ ਇਹਨਾਂ ਚੀਜ਼ਾਂ 'ਤੇ ਫੋਕਸ ਕਰਨ ਲਈ ਕਹਿੰਦੇ ਨੇ ਕਿ ਯੂਰਪ ਵਿੱਚ ਢੇਰ ਸਾਰੀਆਂ ਜਿੰਨੀਆਂ ਆਪਸ਼ਨਸ ਨੇ ਉਹਨਾਂ ਦਾ ਵੈਲਕਮ ਕਰ ਰਹੀਆਂ ਨੇ ਅਤੇ ਉਹਨਾਂ ਦਾ ਫਿਊਚਰ ਵੀ ਸਹੀ ਢੰਗ ਦੇ ਨਾਲ ਬ੍ਰਾਈਟ ਕਰ ਸਕਦੀਆਂ ਨੇ? ਯੂਰਪ 'ਚ ਤਾਂ ਬਹੁਤ ਸਾਰੇ ਕੰਟਰੀ ਹੈ, ਬਟ ਆਪਾਂ ਗੱਲ ਕਰਦੇ ਹਾਂ ਵਨ ਬਾਈ ਵਨ। ਕੁਛ ਜਿਹੜਾ 8 ਤਰੀਕ ਨੂੰ ਸੈਮੀਨਾਰ ਹੈ 8 ਦਸੰਬਰ ਨੂੰ, ਮੇਨ ਫੋਕਸ ਕੀ ਹੈ ਕਿ ਜਦ ਅਸੀਂ ਸਟੂਡੈਂਟਸ ਦੀ ਕਾਉਂਸਲਿੰਗ ਕਰਦੇ ਹਾਂ ਉਹਦਾ ਬਜਟ ਧਿਆਨ 'ਚ ਦੇਖਣਾ। ਜਿਹੜਾ ਸਟੂਡੈਂਟ ਯੂਰਪ ਜਾ ਰਿਹਾ ਉਹ ਕਹਿੰਦਾ ਇੰਗਲਿਸ਼ ਆਇਲਸ ਦਾ ਟੈਸਟ ਨਾ ਕਰਨਾ ਪਏ ਮੈਨੂੰ, ਮੇਰਾ ਬਜਟ ਅਫੋਰਡੇਬਲ ਹੋਏ। ਮੈਕਸੀਮਮ ਐਵਰੇਜ ਫੈਮਿਲੀ ਦੀ ਇੱਕ ਇਹੀ ਕਹਾਣੀ, ਰਾਈਟ? ਹੁਣ ਸਟੂਡੈਂਟ ਜੋ ਹੈ ਅਸੀਂ ਮਾਲਟਾ ਭੇਜਦੇ ਹਾਂ, ਸਾਨੂੰ ਕੋਈ ਆਇਲਟਸ ਦੀ ਜ਼ਰੂਰਤ ਨਹੀਂ ਹੈ, ਬਟ ਕਮਿਊਨੀਕੇਸ਼ਨ ਇੰਗਲਿਸ਼ ਠੀਕ ਹੋਣੀ ਚਾਹੀਦੀ ਹੈ, ਕਿਉਂਕਿ ਤੁਸੀਂ ਬਾਹਰ ਜਾ ਕੇ ਕਿਸੇ ਨਾਲ ਗੱਲ ਤਾਂ ਕਰਨੀ ਹੈ, ਪਲੇਟਫਾਰਮ 'ਤੇ ਹੋਣਾ ਚਾਹੀਦਾ, ਅਤੇ ਯੂ ਸ਼ੁੱਡ ਹੈਵ ਸਮਥਿੰਗ ਜਿਹੜਾ ਕਮਿਊਨੀਕੇਟਿਵ ਇੰਗਲਿਸ਼ ਕਹਿੰਦੇ ਹਾਂ ਉਹ ਤੁਹਾਡੇ ਕੋਲ ਹੋਣੀ ਚਾਹੀਦੀ। ਬਟ ਵੀ ਡੋਂਟ ਨੀਡ ਆਇਲਟਸ, ਵੀ ਡੋਂਟ ਨੀਡ ਟੋਫਲ, ਵੀ ਡੋਂਟ ਨੀਡ PTE, ਸਾਨੂੰ ਕੁਛ ਵੀ ਨਹੀਂ ਚਾਹੀਦਾ। ਬਜਟ ਬੜਾ ਅਫੋਰਡੇਬਲ ਹੈ, ਮੈਂ ਤੁਹਾਨੂੰ 6,500 to 7,000 euros ਪਰ ਐਨਮ ਦੀ ਫੀਸ ਦੇ ਵਿੱਚ ਕਰਾ ਸਕਦੀ ਹਾਂ, ਅਤੇ ਬਹੁਤ ਅਫੋਰਡੇਬਲ ਫੀਸ ਆ ਬਾਹਰ ਦੇ ਹਿਸਾਬ ਨਾਲ। ਫੰਡ ਜਿਹੜੇ ਇੱਕ ਦਿਨ ਪੁਰਾਣੇ ਵੀ ਤੁਸੀਂ ਦਿਖਾ ਸਕਦੇ ਹੋ। ਵੀਜ਼ਾ ਪ੍ਰੋਸੈਸ ਜਿਹੜਾ ਹੈ ਜੇ ਤੁਸੀਂ ਫੈਬਿਨਟੇਕ ਲੈ ਸਕਦੇ ਹੋ। ਜੇ ਆਪਾਂ ਗੱਲ ਕਰੀਏ ਉਹਦੇ ਬਾਅਦ ਫਰਾਂਸ ਦੀ, ਫਰਾਂਸ ਇਜ਼ ਅਗੇਨ ਵੈਰੀ ਕੰਫਰਟੇਬਲ, 5 ਸਾਲ ਤੱਕ ਦਾ ਪੋਸਟ ਸਟੱਡੀ ਵਰਕ ਪਰਮਿਟ ਹੈ, ਠੀਕ ਹੈ? ਉਹਦੇ ਵਿੱਚ ਕੋਈ ਲੰਬੇ ਚੌੜੇ ਫੰਡਸ ਉਹੀ ਜਿੱਦਾਂ ਯੂਰਪ ਦਾ ਕਿ ਵਨ ਡੇ ਓਲਡ ਵੀ ਤੁਸੀਂ ਦਿਖਾ ਸਕਦੇ ਹੋ। 6 ਮੰਥ ਦੀ ਫੀਸ ਤੁਸੀਂ ਪਹਿਲੇ ਪੇ ਕਰ ਸਕਦੇ ਹੋ। ਫੀ ਇਸ ਸਮਥਿੰਗ ਕੋਈ 8,000 to 11,000, 12,000, ਡਿਪੈਂਡ ਔਨ ਦਾ ਕੋਰਸ। ਹੁਣ ਕੋਰਸਿਸ ਦੇਖੋ, ਇੰਨੇ ਅੱਛੇ ਅੱਛੇ ਕੋਰਸਿਸ ਹੈ ਫਰਾਂਸ ਦੇ ਵਿੱਚ। ਤੁਸੀਂ ਇਹ ਦੇਖੋ ਕਿ ਜਿਹੜਾ ਇਨੋਵੇਟਿਵ ਟੈਕਨੋਲੋਜੀ, ਰਾਈਟ, ਫੈਸ਼ ਬ੍ਰਾਂਡ ਪ੍ਰਮੋਸ਼ਨ, ਜਿਹੜੇ ਵੱਡੇ ਵੱਡੇ ਬ੍ਰਾਂਡਸ ਹੈ ਉਹਨਾਂ ਨੂੰ ਕਿੱਦਾਂ ਬਣਾਇਆ ਜਾਂਦਾ, ਉਹਨਾਂ ਨੂੰ ਕਿੱਦਾਂ ਪ੍ਰਮੋਸ਼ਨ ਦਿੱਤੀ ਜਾਂਦੀ ਹੈ। ਫਿਰ ਕੰਪਿਊਟਰ ਤੋਂ ਰਿਲੇਟਿਡ ਬਹੁਤ ਸਾਰੇ ਪ੍ਰੋਗਰਾਮ ਮਿਲ ਜਾਣਗੇ ਤੁਹਾਨੂੰ, ਡਿਜੀਟਲ ਮਾਰਕੀਟਿੰਗ ਦੇ ਰਿਲੇਟਿਡ ਬਹੁਤ ਮਿਲ ਜਾਣਗੇ, ਇੰਜੀਨੀਅਰਿੰਗ ਦੇ ਰਿਲੇਟਿਡ ਬਹੁਤ ਮਿਲ ਜਾਣਗੇ। ਦੀਸ ਆਰ ਵੈਰੀ ਬਿਊਟੀਫੁਲ ਪ੍ਰੋਗਰਾਮਸ ਵਿੱਚ ਯੂ ਕੈਨ ਆਪਟ। ਤੁਸੀਂ ਇਹ ਦੇਖੋ ਨਾ, ਇੱਥੇ ਦੋਨੋਂ ਕੰਟਰੀਆਂ 'ਚ ਚਾਹੇ ਮਾਲਟਾ ਹੋਏ ਚਾਹੇ ਫਰਾਂਸ ਹੋਏ, ਮੈਨੂੰ ਆਇਲਟਸ ਦੀ ਆਈ ਡੋਂਟ ਨੀਡ, ਠੀਕ ਹੈ? ਲੇਕਿਨ ਬੱਚੇ ਦੀ ਇੰਟਰਵਿਊ ਹੋ ਸਕਦੀ ਹੈ ਜਿਹਦੇ ਵਾਸਤੇ ਉਹਦੀ ਕਮਿਊਨੀਕੇਟਿਵ ਇੰਗਲਿਸ਼ ਸ਼ੁੱਡ ਬੀ ਗੁੱਡ। ਦੈਨ ਆ ਜਾਂਦਾ ਜਰਮਨੀ। ਜਰਮਨੀ ਵਰਲਡ ਦੀ ਟੈਕਨੋਲੋਜੀ ਦੇ ਵਾਸਤੇ ਸਭ ਤੋਂ ਜ਼ਿਆਦਾ ਫੇਮਸ ਹੈ। ਜਿੰਨੇ ਬ੍ਰਾਂਡ ਗੱਡੀਆਂ ਦੇ ਵੱਡੇ ਵੱਡੇ ਲੈ ਲਓ, ਸਾਰੇ ਜਰਮਨੀ ਦੇ ਬਣੇ ਹੋਏ ਆ, ਠੀਕ ਹੈ? ਤੁਸੀਂ ਆਪ ਸਰਚ ਕਰੋ ਜਰਮਨੀ ਦੇ ਪ੍ਰੋਡਕਟਸ, ਵੱਡੇ ਵੱਡੇ ਟੈਕਨੋਲੋਜੀ ਦੇ ਵਿੱਚ ਜਰਮਨੀ ਦੋ ਮਤਲਬ ਉੱਪਰ ਕੋਈ ਹੈ ਹੀ ਨਹੀਂ ਆ। ਜਰਮਨੀ ਦੇ ਵਿੱਚ ਖਾਲੀ ਇਹ ਹੈ ਕਿ ਜਿਹੜਾ ਤੁਹਾਨੂੰ ਬਲੌਕ ਅਕਾਊਂਟ ਖੁਲਾਉਣਾ ਪੈਂਦਾ ਕੋਈ 11,230 ਦਾ ਮੇਰੇ ਖਿਆਲ ਹੈ, ਅਤੇ ਉਹ ਬਲੌਕ ਅਕਾਊਂਟ ਮੀਨਸ ਕਿ ਤੁਸੀਂ ਜਿਹੜਾ ਸਾਲ ਤੱਕ ਦਾ ਪੈਸਾ ਉੱਧਰੋਂ ਹਰ ਮਹੀਨੇ, ਜਿੱਦਾਂ ਕੈਨੇਡਾ ਦਾ GIC ਹੈ ਜਾਂ ਨਿਊਜ਼ੀਲੈਂਡ ਦਾ ਹੈ ਤੁਹਾਡਾ, ਇੱਦਾਂ ਹੀ ਇੱਧਰ ਬਲੌਕ ਅਕਾਊਂਟ ਤੁਹਾਨੂੰ ਖੁਲਾਉਣਾ ਪੈਂਦਾ। ਫੀਸ ਜਿਹੜੇ ਇੱਕ ਸਾਰੀ ਕੰਟਰੀਆਂ 'ਚ ਵੀਜ਼ਾ ਤੋਂ ਪਹਿਲੇ ਥੋੜ੍ਹੀ ਜਾਂਦੀ ਹੈ, ਵੀਜ਼ਾ ਦੇ ਬਾਅਦ ਮੇਨ ਫੀਸ ਜਾਂਦੀ ਆ। ਅਤੇ ਯੂਰਪ ਇਜ਼ ਵੈਰੀ ਕੰਫਰਟੇਬਲ ਇਫ ਯੂ ਆਰ ਲੁਕਿੰਗ, ਜੇ ਤੁਹਾਨੂੰ ਚਾਹੀਦਾ ਸਾਨੂੰ ਜੀ ਨਾ ਸਾਡੇ ਤੋਂ ਆਇਲਸ ਨਹੀਂ ਹੋ ਰਹੀ ਹੈ, ਇੱਕ ਮੋਡਿਊਲ 'ਚ 4 ਬੈਂਡ ਆ ਜਾਂਦੇ ਆ, ਓਵਰਆਲ 5 ਆ ਗਏ, ਜਾਂ ਅਸੀਂ ਕਰਨੀ ਨਹੀਂ ਹੈ, ਬਟ ਸਪੀਕਿੰਗ, ਕਿਉਂਕਿ ਬੱਚਾ 12ਵੀਂ ਤੱਕ ਜਾਂ ਗ੍ਰੈਜੂਏਸ਼ਨ ਤੱਕ ਤਾਂ ਇੱਕ ਸਬਜੈਕਟ ਇੰਗਲਿਸ਼ ਪੜ੍ਹੀ ਹੁੰਦੀ ਹੈ ਤਾਂ ਬੋਲ ਤਾਂ ਸਕਦਾ ਹੀ ਆ। ਫੰਡ ਜਿਹੜੇ ਆ ਸਭ ਤੋਂ ਜ਼ਿਆਦਾ ਸਾਡੇ ਪੰਜਾਬੀ ਫੈਮਿਲੀਜ਼ ਦੇ ਵਿੱਚ, ਹਰਿਆਣਾ 'ਚ ਕੀ ਪ੍ਰੋਬਲਮ ਹੈ, ਫੰਡ ਇਹਨਾਂ ਨੇ ਜਮ੍ਹਾਂ ਨਹੀਂ ਕੀਤੇ ਹੁੰਦੇ ਆ, ਅਤੇ ਉਹ ਇੱਕ ਦਿਨ ਪੁਰਾਣੇ ਵੀ ਦਿਖਾ ਕੇ ਤੁਸੀਂ ਜਾ ਸਕਦੇ ਹੋ।
सैटलमेंट ऑप्शंस बहुत है, लेकिन यह है कि जेडे कोर्स वास्ते तुसी गए, मैं हुण बर्लिन रह के आई हाँ, हर बच्चे तो मैं गल कीती आ, हर बच्चा जेड़ा पिछे, मैं माल्टा गई सी, आप इटली गई सी, सारे दे आर हैप्पी, कहिंदे कि सानू मतलब कमाइयां भी बहुत हो रही हैं, क्योंकि सिटी है, बड़े बड़े जॉब की कोई प्रॉब्लम नहीं आती है, कोई भी कंट्री जाते हो, मैं कहने महीने दो महीने उस कंट्री की थोड़ी बहुत लैंग्वेज कर लो कि जिस तो तुहानू थोड़ा बहुत ईजी हो जाता है। माल्टा विच तो कोई प्रॉब्लम है ही नहीं, उत्थे तो चलती इंग्लिश है, राइट। फ्रांस के विच है थोड़ा बहुत बच्चा फ्रेंच कर ले ठीक है, नहीं तो उत्थे जाके हर कॉलेज जिहड़ा है फ्रेंच क्लासिस दिंदा, जर्मन च जर्मन क्लासिस दिंदा। साढ़े कोल इहो जिहे कोर्सिस है 11,000 यूरो दे विच पूरे 1.5 साल की मास्टर करा दें असीं तुहानू, ते 50% फीस पहले दो, 50% वीज़ा दे बाद दो, फंड वन डे ओल्ड। एंड जर्मनी दे विच क्योंकि तुसी ब्लॉक अकाउंट खुला रहे हो, तुहानू फंड दिखाने की लोड़ ही नहीं, जे तुसी 11,000 यूरो फीस देती, नहीं तो 6,000 साढ़े 5,000 6,000 जो भी इन्हां दी हाफ फीस बनती, 6,500 जो वो दिती है, तो 6,500 खाली 5-6 लाख रुपया तुसी होर दिखाने। जी 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 बिल्कुल। सो तुसी समझ सकते हो, देखो कि तां छोटी जी वीडियो के जरिए बहुत डिटेल विच नहीं दस्या जा सकता, पर जिन्ना मैम ने दस्या बहुत है कि तुसी ये समझ सको कि यूरोप जो है ढेर सारी कंट्रीज तुहाडी प्रोफाइल के अकॉर्डिंगली तुसी सिलेक्ट कर सकते हो कि तुहाडी प्रोफाइल की कह रही, उसके लिए कि चंगी ऑप्शन है। सो बहुत ही खास है 8 दिसंबर का सैमीनार, सो जिहड़े भी इंट्रस्टिड स्टूडेंट्स ने जरूर इस सैमीनार का हिस्सा बनन, अपने डॉक्यूमेंट तुसी जरूर लेके आयो ताकि असैसमेंट हो सके और तुहानू सही ऑप्शन जो है गाइड की जा सके। कोई सवाल है तुहाडा तो जिहड़ा नंबर डिस्प्ले है उस उपर कॉल करके भी हो जानकारी जरूर ले सकते हो। बहुत बहुत थैंक्स मैम कि तुसी हर बार की तरह अज भी स्टूडेंट्स को बहुत चंगे ढंग नाल समझाया, स्पैशली जदों आपां यूरोप की गल करते हैं ढेर सारी कंट्रीज विच आ जांदियां ने। सो स्टूडेंट्स जो है भेड़ चाल विच ना पै के एक चंगी ऑप्शन का फायदा लेंदे होया अपने फ्यूचर नूं ब्राइट कर सकते हैं। अगों भी असीं तुहाडे लई होर इनफॉर्मेटिव वीडियोज़ लैके आते रहांगे, फिलहाल ही सानूं दिओ जी इजाजत। थैंक यू सो मच। थैंक यू।